ਭਾਰਤ ਪਾਕਿਸਤਾਨ ਵਿਚਾਲੇ ਬਣੇ ਤਣਾਅ ਦੇ ਚਲਦਿਆਂ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਰੱਦ ਕਰ ਦਿੱਤੀ ਗਈ ਹੈ। ਪਾਕਿਸਤਾਨ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਕਿਸ ਕਦਰ ਮੁਸ਼ਕਿਲਾਂ ਆ ਰਹੀਆਂ ਨੇ ਇਹ ਬਿਆਨ ਕਰ ਰਹੇ ਨੇ ਮੁਹੰਮਦ ਸ਼ੇਖ ਬਾਬੂ ਤੇ ਉਹਨਾਂ ਦਾ ਪਰਿਵਾਰ। ਦਰਅਸਲ ਮੁਹੰਮਦ ਸ਼ੇਖ ਬਾਬੂ ਕੁਝ ਸਮਾਂ ਪਹਿਲਾਂ ਭਾਰਤ 'ਚ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਲਈ ਆਏ ਸਨ, ਪਰ ਇਸੇ ਦੌਰਾਨ ਧਾਰਾ 370 ਨੂੰ ਲੈ ਕੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਪੈਦਾ ਹੋ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਰੱਦ ਕਰ ਦਿੱਤੀ ਗਈ ਤੇ ਹੁਣ ਮੁਹੰਮਦ ਸ਼ੇਖ ਨੂੰ ਪਾਕਿਸਤਾਨ ਵਾਪਸ ਜਾਣ ਸਮੇਂ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਾਕਿਸਤਾਨ ਰਹਿਣ ਵਾਲੇ ਲਾਹੌਰ ਕੇ ਔਰ ਹਮ ਹਮਾਰੇ ਬੱਚਾ ਵਗੈਰਾ ਜੋ ਹੈ ਸਾਰੇ ਵਹਾਂ ਕੇ ਰਹਿਣ ਵਾਲੇ ਤੇ ਵਹਾਂ ਜੈਸੇ ਵਹਾਂ ਸੇ ਹਮ ਆ ਰਹੇ ਹੈ ਔਰ ਜੋ ਹੈ ਅਭੀ ਜੋ ਹੈ ਹਮ ਹਮਾਰਾ ਤੋ ਜੋ ਹੈ ਟਾਈਮ ਖਤਮ ਹੋ ਗਿਆ, ਲੇਕਿਨ ਹਮਨੇ ਵਹਾਂ ਸੁਣਾ ਥਾ ਕਿ ਜੋ ਹੈ ਪਹਿਲੇ ਰਾਸਤਾ ਬੰਦ ਹੋ ਰਹਾ ਹੈ, ਲੇਕਿਨ ਹਮਨੇ ਸੋਚਾ ਕਿ ਜੋ ਹੈ ਰਾਸਤਾ ਬੰਦ ਨਹੀਂ ਹੋਗਾ। ਯੇ ਦੋਨੋ ਦੇਸ਼ ਕੀ ਜੋ ਹੈ ਪ੍ਰਧਾਨ ਮੰਤਰੀ ਬਹੁਤ ਅੱਛੇ ਹੈ, ਲੇਕਿਨ ਜੋ ਹੈ ਫਿਰ ਵੀ ਰਾਸਤਾ ਬੰਦ ਹੋ ਗਿਆ, ਅਬ ਹਮੇ ਮੁਸ਼ਕਿਲ ਆ ਗਈ ਹੈ। ਫਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਸੰਬੰਧ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੇ ਨੇ, ਜਿਸ ਕਾਰਨ ਵਪਾਰੀਆਂ ਦਾ ਲੱਖਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਅਟਾਰੀ ਤੋਂ ਰੋਬਿਨ ਸਿੰਘ, ਦੈਨਿਕ ਸੁਰਾ ਟੀਵੀ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।